ਸਾਰੇ ਬੱਚਿਓ ਆਓ ਪੜ੍ਹੀਏ ਸਵਾਗਤ ਜ਼ਿੰਦਗੀ ਬੁੱਕ ਦਾ ਚੈਪਟਰ ਨੰਬਰ 8 ਸਕੂਲ ਅਤੇ ਜਨਤਕ ਸੰਪਤੀਆਂ ਦਾ ਸਨਮਾਨ ਕਰਲਾ ਸੰਭਾਲ ਤੂੰ ਸਾਂਝੀਆਂ ਥਾਵਾਂ ਦੀ ਕਰ ਸਤਕਾਰ ਇਨ੍ਹਾਂ ਠੰਡੀਆਂ ਛਾਵਾਂ ਦੀ ਸਕੂਲ ਅਤੇ ਹੋਰ ਜਨਤਕ ਸੰਪਤੀਆਂ ਜਿਵੇਂ ਹਸਪਤਾਲ ਲਾਇਬ੍ਰੇਰੀਆਂ ਬੈਂਕ ਰੇਲਵੇ ਬੱਸਾਂ ਸਕੂਲ ਪਾਰਕ ਆਦ ਕਿਸੇ ਸਮਾਜ ਲਈ ਸੱਚਮੱਚ ਬਹੁਤ ਵਧੀਆ ਸੰਪਤੀ ਹਨ ਉਹਨਾਂ ਨੂੰ ਬਹੁਤ ਮਹਾਨ ਕੋਸ਼ਿਸ਼ ਨਾਲ ਬਣਾਇਆ ਗਿਆ ਹੈ ਉਹਨਾਂ ਨੂੰ ਬਣਾਉਣ ਤੇ ਕਾਇਮ ਰੱਖਣ ਵਿੱਚ ਵੱਡੀ ਰਕਮ ਦਾ ਨਿਵੇਸ਼ ਕੀਤਾ ਜਾਂਦਾ ਹੈ ਕਿਉਂਕਿ ਸਾਰੀਆਂ ਜਨਤਕ ਸੰਪਤੀਆਂ ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਇਕੱਤਰ ਕੀਤੇ ਧਨ ਤੇ ਚਲਦੀਆਂ ਹਨ ਉਹਨਾਂ ਨੂੰ ਜਨਤਕ ਸੰਪਤੀ ਕਿਹਾ ਜਾਂਦਾ ਹੈ ਇਸ ਲਈ ਇਸ ਦੀ ਸੰਭਾਲ ਕਰਨਾ ਇਸ ਨੂੰ ਨੁਕਸਾਨ ਨਾ ਪਹੁੰਚਾਉਣਾ ਅਤੇ ਸਾਫ਼ ਰੱਖਣਾ ਸਾਡੇ ਸਾਰਿਆਂ ਦਾ ਮੁੱਖ ਫਰਜ਼ ਬਣ ਜਾਂਦਾ ਹੈ ਉਹ ਹਰ ਕਿਸੇ ਦੀ ਵਰਤੋਂ ਲਈ ਹਨ ਜੇ ਇੱਕ ਵਿਅਕਤੀ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਹ ਸਾਰਿਆਂ ਲਈ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ ਪਿਆਰੇ ਵਿਦਿਆਰਥੀਓ ਉਮੀਦ ਹੈ ਕਿ ਤੁਸੀਂ ਜਨਤਕ ਸੰਪਤੀਆਂ ਬਾਰੇ ਸਮਝ ਗਏ ਹੋਵੋਗੇ ਤੇ ਅੱਜ ਅਸੀਂ ਇਸੇ ਵਿਸ਼ੇ ਬਾਰੇ ਦਿਲਚਸਪ ਕਿਰਿਆਵਾਂ ਕਰਾਂਗੇ ਬੁੱਝੋ ਮੈਂ ਕੌਣ ਹਾਂ ਨੰਬਰ 1 ਮੇਰੇ ਕੋਲ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਹਨ ਇੱਥੇ ਬਹੁਤ ਸਾਰੀਆਂ ਕੁਰਸੀਆਂ ਮੇਜ਼ ਅਤੇ ਅਖਬਾਰ ਹਨ ਤੇ ਬੱਚਿਓ ਤੁਸੀਂ ਸਮਝ ਗਏ ਹੋਗੇ ਇਹ ਕੀ ਹੈ ਲਾਇਬ੍ਰੇਰੀ ਮੇਰੇ ਕੋਲ ਬਹੁਤ ਸਾਰੇ ਸੁੰਦਰ ਫੁੱਲ ਅਤੇ ਪੌਦੇ ਹਨ ਮੇਰੇ ਕੋਲ ਪਿਆਰੇ ਬਾਗ ਵੀ ਹਨ ਤੇ ਬੱਚਿਓ ਇਹਦਾ ਆਨਸਰ ਆਏਗਾ ਪਾਰਕ ਤੁਸੀਂ ਇੱਥੇ ਆ ਕੇ ਸਿੱਖਿਆ ਲੈਂਦੇ ਹੋ ਮੈਂ ਇੱਕ ਵੱਡੀ ਇਮਾਰਤ ਹਾਂ ਜਿਸ ਵਿੱਚ ਬਹੁਤ ਸਾਰੇ ਕਮਰੇ ਪ੍ਰਯੋਗਸ਼ਾਲਾ ਲਾਇਬ੍ਰੇਰੀ ਖੇਡ ਦਾ ਮੈਦਾਨ ਅਤੇ ਰਸੋਈ ਛੱਡ ਹਨ ਤੇ ਬੱਚਿਓ ਤੁਸੀਂ ਸਮਝ ਹੀ ਗਏ ਹੋਗੇ ਇਸਦਾ ਆਨਸਰ ਹੈ ਸਕੂਲ ਮੈਂ ਇੱਕ ਬਹੁਤ ਵੱਡੀ ਇਮਾਰਤ ਹਾਂ ਬਿਮਾਰ ਲੋਕ ਇੱਥੇ ਆਉਂਦੇ ਹਨ ਅਤੇ ਇਲਾਜ ਕਰਵਾਉਂਦੇ ਹਨ ਇਹਦਾ ਆਨਸਰ ਹੋਏਗਾ ਹਸਪਤਾਲ ਮੇਰੇ ਕੋਲ ਬਹੁਤ ਸਾਰੇ ਪਹੀਏ ਅਤੇ ਬਹੁਤ ਸਾਰੀਆਂ ਸੀਟਾਂ ਹਨ ਲੋਕ ਸੀਟਾਂ ਤੇ ਬੈਠਦੇ ਹਨ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਹਨ ਤੇ ਬੱਚਿਓ ਇਹਦਾ ਆਨਸਰ ਆਏਗਾ ਰੇਲਵੇ ਜਾਂ ਫਿਰ ਇਹਦਾ ਆਨਸਰ ਬੱਸ ਵੀ ਹੋ ਸਕਦਾ ਰੇਲਵੇ ਅਤੇ ਬੱਸ ਕਵਸਚਨ ਨੰਬਰ 6 ਇਹਨਾਂ ਪੰਜਾਂ ਨੂੰ ਦੇਖਣ ਤੋਂ ਬਾਅਦ ਹੁਣ ਤੁਸੀਂ ਜਾਣਦੇ ਹੋ ਕਿ ਜਨਤਕ ਸੰਪਤੀ ਦਾ ਹਿੱਸਾ ਕੀ ਹਨ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਨੂੰ ਜਨਤਕ ਸੰਪਤੀ ਕਿਉਂ ਕਿਹਾ ਜਾਂਦਾ ਹੈ ਤੇ ਬੱਚਿਓ ਇਹਦਾ ਆਨਸਰ ਆਏਗਾ ਕਿਉਂਕਿ ਸਾਰੀਆਂ ਜਨਤਕ ਸੰਪਤੀਆਂ ਲੋਕਾਂ ਦੇ ਟੈਕਸ ਦੇ ਰੂਪ ਵਿੱਚ ਇਕੱਤਰ ਕੀਤੇ ਧਨ ਤੇ ਚੱਲਦੀਆਂ ਹਨ ਇਸ ਕਰਕੇ ਇਹਨਾਂ ਨੂੰ ਜਨਤਕ ਸੰਪਤੀ ਕਿਹਾ ਜਾਂਦਾ ਹੈ ਸਤਵਾਂ ਕੁਐਸਚਨ ਹੈਗਾ ਅਸੀਂ ਵਿਚਾਰ ਕਰਾਂਗੇ ਜੇ ਅਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਤਾਂ ਨਤੀਜਾ ਕੀ ਹੋਏਗਾ ਇਹਦਾ ਨਤੀਜਾ ਇਹ ਹੋਏਗਾ ਕਿ ਜੇਕਰ ਇੱਕ ਵਿਅਕਤੀ ਇਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਹ ਸਾਰਿਆਂ ਲਈ ਵੱਡੀ ਸਮੱਸਿਆ ਬਣ ਜਾਂਦੀ ਹੈ ਕਿਉਂਕਿ ਦੂਸਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਵਰਤਨ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਪਿਆਰੇ ਬੱਚਿਓ ਅੱਜ ਅਸੀਂ ਇੱਕ ਕਿਰਿਆ ਕਰਾਂਗੇ ਜਿਸ ਵਿੱਚ ਠੀਕੇ ਵੇਰਵੇ ਭਰਨੇ ਹਨ ਤੁਹਾਡੇ ਸਕੂਲ ਦੇ ਵੱਖ-ਵੱਖ ਹਿੱਸੇ ਤੇ ਸਾਮ ਸੰਭਾਲ ਦੀ ਕਿੱਥੇ ਕੀ ਲੋੜ ਹੈ ਮੱਚੋ ਇਹਦੇ ਵਿੱਚ ਅਸੀਂ ਆਪਣੇ ਸਕੂਲ ਦੇ ਉਹ ਵਾਲੇ ਹਿੱਸੇ ਲਿਖਨੇ ਆ ਜਿੱਥੇ ਸਾਮ ਸੰਭਾਲ ਦੀ ਲੋੜ ਹੈ ਤੇ ਉਹਦੇ ਅਗਲੇ ਪਾਸੇ ਲੋੜ ਲਿਖਣੀ ਹੈ ਠੀਕ ਹੈ ਪਹਿਲਾ ਜਿਵੇਂ ਹੈਗਾ ਖੇਡ ਦਾ ਮੈਦਾਨ ਠੀਕ ਹੈ ਉਹਦੀ ਸਾਮ ਸੰਭਾਲ ਦੀ ਕਿੱਥੇ ਕੀ ਲੋੜ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਨਾ ਜਿਹੜੇ ਖੇਡ ਦਾ ਮੈਦਾਨ ਹੈ ਉਹਦੇ ਵਿੱਚ ਜਿਹੜਾ ਕੋਈ ਵੀ ਖਲਾਰਾ ਵਗੈਰਾ ਨਹੀਂ ਪਾਉਣਾ ਵੱਟੇ ਵਗੈਰਾ ਨਹੀਂ ਸੁੱਟਨੇ ਠੀਕ ਹੈ ਦੂਸਰੇ ਨੰਬਰ ਤੇ ਹੈਗਾ ਲਾਇਬ੍ਰੇਰੀ ਇਹਦੀ ਸੰਭਾਲ ਸਾਮ ਸੰਭਾਲ ਦੀ ਕੀ ਲੋੜ ਹੈ ਕਿ ਬੁੱਕਸ ਨੂੰ ਪ੍ਰੋਪਰ ਸੈਲਫ ਵਿੱਚ ਰੱਖਣਾ ਕਿਤਾਬਾਂ ਇੱਧਰ ਉੱਧਰ ਨਹੀਂ ਖਿਲਾਰਨੀਆਂ ਸ਼ਾਂਤੀ ਬਣਾ ਕੇ ਰੱਖਣੀਆਂ ਤੀਸਰਾ ਹੈਗਾ ਪ੍ਰਯੋਗਸ਼ਾਲਾ ਪ੍ਰਯੋਗਸ਼ਾਲਾ ਦੇ ਇਹਦੇ ਵਿੱਚ ਆ ਜਾਏਗਾ ਕਿ ਇਹਦੇ ਜਿਹੜੇ ਸਮਾਨ ਹੈ ਉਹਨੂੰ ਇੱਧਰ ਉੱਧਰ ਨਹੀਂ ਸੁੱਟਣਾ ਤੇ ਨਾ ਤੋੜਨਾ ਚੌਥਾ ਹੈਗਾ ਸਕੂਲ ਦਾ ਬਾਗੀਚਾ ਸਕੂਲ ਦੇ ਬਾਗੀਚੇ ਦੇ ਵਿੱਚੋਂ ਜਿਹੜੇ ਫੁੱਲ ਤੇ ਬੁੱਟੇ ਆ ਉਹਨਾਂ ਨੂੰ ਨਹੀਂ ਤੋੜਨਾ ਇਸ ਤਰੀਕੇ ਨਾਲ ਤੁਸੀਂ ਲਿਖ ਸਕਦੇ ਆ ਬੱਚੇ ਤੁਸੀਂ ਆਪਣੇ ਕੋਲੋਂ ਵੀ ਲਿਖ ਸਕਦੇ ਆ ਕਿ ਰਿਆ ਸਾਡੇ ਕੋਲ ਇਹ ਸਾਰਣੀ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਿਣਤੀ ਵਿੱਚ 1 ਤੋਂ 20 ਤੱਕ ਲਿਖੀ ਹੋਈ ਹੈ ਇੱਕ ਬਹੁਤ ਦਿਲਚਸਪ ਖੇਡ ਹੈ ਜੋ ਅਸੀਂ ਖੇਡਣ ਜਾ ਰਹੇ ਹਾਂ ਬੱਚੇ ਇਸ ਤਰੀਕੇ ਨਾਲ ਤੁਸੀਂ 1 ਤੋਂ ਲੈ ਕੇ 20 ਤੱਕ ਗਿਣਤੀ ਲਿਖ ਲੈਣੀ ਹੈ ਇੱਥੇ 1 ਤੋਂ ਲੈ ਕੇ 20 ਅੰਕ ਵਾਲੀਆਂ ਪਰਚੀਆਂ ਹਨ ਤੁਸੀਂ ਇੱਕ ਇੱਕ ਕਰਕੇ ਆਓ ਤੇ ਇੱਕ ਪਰਚੀ ਚੁਣੋ ਉਹ ਸੰਖਿਆ ਲਈ ਤੁਸੀਂ ਸਾਰਣੀ ਵਿੱਚ ਇੱਕ ਨੁਕਤਾ ਲਿਖੋ ਜਿਸ ਨਾਲ ਤੁਸੀਂ ਆਪਣੇ ਸਕੂਲ ਨੂੰ ਸੁੰਦਰ ਬਣਾ ਸਕਦੇ ਹੋ ਅਤੇ ਸਕੂਲ ਦੀ ਸੰਪਤੀ ਦੀ ਸੰਭਾਲ ਵਿੱਚ ਤੁਸੀਂ ਕਿਵੇਂ ਯੋਗਦਾਨ ਪਾ ਸਕਦੇ ਹੋ ਜੇ ਪਰਚੀ ਦੁਹराई ਜਾਂਦੀ ਹੈ ਉਸ ਅੰਕ ਅੱਗੇ ਇੱਕ ਹੋਰ ਸਜਾ ਲਿਖਾਂਗੇ ਜਿੰਨੇ ਵੀ ਵੱਖ-ਵੱਖਜਾਂ ਪ੍ਰਾਪਤ ਹੋਏ ਉਹ ਸਾਰਿਆਂ ਨੇ ਉਪਰੋਕਤ ਸਥਾਨ ਵਿੱਚ ਲਿਖਨੇ ਹਨ ਕਿਰਿਆ ਪਿਆਰੇ ਵਿਦਿਆਰਥੀ ਹੁਣ ਅਸੀਂ ਦੇਖਿਆ ਕਿ ਕਿਵੇਂ ਜਨਤਕ ਸੰਪਤੀ ਸਭ ਦੀ ਸਾਂਝੀ ਹੈ ਆਓ ਦੇਖੀਏ ਕਿ ਕੀ ਤੁਸੀਂ ਆਪਣੇ ਸਕੂਲ ਦੀਆਂ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਦੇ ਹੋ ਪਿਆਰੇ ਬੱਚਿਓ ਇਹਦੇ ਵਿੱਚ ਨਾ 10 ਕਾਲਮ ਦਿੱਤੇ ਆ ਕਿ ਕਿਹੜੇ-ਕਿਹੜੇ ਕੰਮ ਕਰਦੇ ਆ ਤੇ ਅਗਲੇ ਪਾਸੇ ਲਿਖਿਆ ਹੈ ਹਮੇਸ਼ਾ ਕਦੇ-ਕਦੇ ਜਾਂ ਕਦੇ ਨਹੀਂ ਇਹਨਾਂ ਵਿੱਚੋਂ ਜਿਹੜੇ ਕੰਮ ਤੁਸੀਂ ਹਮੇਸ਼ਾ ਕਰਦੇ ਆ ਜਾਂ ਕਦੇ-ਕਦੇ ਕਰਦੇ ਆ ਜਾਂ ਕਦੇ ਨਹੀਂ ਤੁਸੀਂ ਉਹਦੇ ਵਿੱਚ ਟਿੱਕ ਲਾਣੀ ਹੈ ਪਹਿਲਾ ਹੈਗਾ ਮੈਂ ਲਾਇਬ੍ਰੇਰੀ ਵਿੱਚ ਬੈਠ ਕੇ ਸ਼ਾਂਤੀ ਬਣਾਈ ਰੱਖਦਾ ਹਾਂ ਮੈਂ ਸਕੂਲ ਦੀਆਂ ਕੰਧਾਂ ਤੇ ਲਿਖਦਾ ਹਾਂ ਤੀਸਰਾ ਹੈਗਾ ਮੈਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਿੱਚੋਂ ਪੰਨੇ ਪਾੜਦਾ ਹਾਂ ਚੌਥਾ ਹੈਗਾ ਮੈਂ ਸਕੂਲ ਦੇ ਬਾਗਿਚੇ ਵਿੱਚੋਂ ਫੁੱਲ ਤੋੜਦਾ ਹਾਂ ਜਦੋਂ ਮੈਂ ਹੈਗਾ ਮੈਂ ਅੱਧੀ ਛੁੱਟੀ ਦੌਰਾਨ ਸਕੂਲ ਦੇ ਮੈਦਾਨ ਵਿੱਚ ਕਾਗਜ਼ ਸੁੱਟਦਾ ਹਾਂ ਤੇ ਭੌਂ ਜਾਂਦੇ ਛੋਟੇ ਛੋਟੇ ਟੁਕੜੇ ਫੈਲਾਉਂਦਾ ਹਾਂ ਮੈਂ ਸਕੂਲ ਦੇ ਬੈਂਚਾਂ ਤੇ ਕਲਮ ਨਾਲ ਨਾਮ ਲਿਖਦਾ ਹਾਂ ਸੈਵਨਥ ਹੈਗਾ ਮੈਂ ਖਿੜਕੀ ਦੇ ਸ਼ੀਸ਼ੇ ਨੂੰ ਤੋੜਦਾ ਹਾਂ ਅੱਠਵਾਂ ਹੈਗਾ ਮੈਂ ਚੌਕ ਨਾਲ ਖੇਡਦਾ ਹਾਂ ਨਾਇਨਥ ਹੈਗਾ ਮੈਨੂੰ ਪਰਵਾਹ ਨਹੀਂ ਹੁੰਦੀ ਕਿ ਜਮਾਤ ਜਾਂ ਬਰਾਂਡੇ ਦੇ ਸਾਰੇ ਪੱਖੇ ਚਾਲੂ ਜਾਂ ਬੰਦ ਹਨ ਮੈਂ ਸਕੂਲ ਵਿੱਚ ਥੁੱਕਦਾ ਹਾਂ ਹੁਣ ਤੁਸੀਂ ਸਾਰੇ ਜਵਾਬ ਦੇਖੋ ਤੇ ਉੱਤਰ ਕੁੰਜੀ ਦੇ ਅਨੁਸਾਰ ਆਪਣੇ ਵਿਹਾਰ ਦਾ ਵਿਸ਼ਲੇਸ਼ਣ ਕਰੋ। ਪ੍ਰਸ਼ਨ ਨੰਬਰ 1 ਜਿਹੜਾ ਹੈ ਨਾ ਜੇਕਰ ਤੁਸੀਂ ਹਮੇਸ਼ਾ ਕਰਦੇ ਹੋ ਤੇ ਉਹਦੇ 3 ਮਾਰਕਸ ਹੈ ਜੇ ਕਦੇ-ਕਦੇ ਕਰਦੇ ਹੋ ਤੇ 2 ਮਾਰਕਸ ਹੈ ਜੇ ਕਦੇ ਨਹੀਂ ਕਰਦੇ ਤੇ 1 ਨੰਬਰ ਐਸੇ ਤਰ੍ਹਾਂ ਹੀ ਦੂਸਰੇ ਕੁਐਸਚਨ ਦਾ ਹਮੇਸ਼ਾ ਦਾ 1 ਨੰਬਰ ਹੈ ਕਦੇ-ਕਦੇ ਦੇ 2 ਨੰਬਰ ਹੈ ਕਦੇ ਨਹੀਂ ਦੇ 3 ਨੰਬਰ ਹੈ ਇਹ ਤੁਸੀਂ ਇਹਨਾਂ ਕਾਲਮਸ ਵਿੱਚ ਟਿੱਕ ਲਾ ਕੇ ਫਿਰ ਹੇਠੋਂ ਤੁਸੀਂ ਆਪਣੇ ਆਪ ਨੂੰ ਮਾਰਕਸ ਦੇਣੇ ਆ ਜੇਕਰ ਤੁਹਾਡੇ ਮਾਰਕਸ ਜਿਹੜੇ 25 ਤੋਂ 30 ਦੇ ਵਿੱਚ ਵਿੱਚ ਆਏ ਤੇ ਤੁਸੀਂ ਉੱਚ ਦਰਜੇ ਦੇ ਸਟੂਡੈਂਟ ਹੋ ਜੇ 16 ਤੋਂ 24 ਦੇ ਵਿੱਚ ਆਏ ਤੇ ਤੁਸੀਂ ਮੱਧਮ ਦਰਜੇ ਦੇ ਹੋ ਤੇ ਜੇ 10 ਤੋਂ ਲੈ ਕੇ 15 ਦੇ ਵਿੱਚ ਵਿੱਚ ਆਏ ਤੇ ਤੁਸੀਂ ਘੱਟ ਦਰਜੇ ਦੇ ਵਿਦਿਆਰਥੀ ਹੋ ਤੁਸੀਂ ਇਹ ਦੇਖੋ ਕਿ ਤੁਸੀਂ ਕਿਸ ਸ਼੍ਰੇਣੀ ਵਿੱਚ ਆਉਂਦੇ ਹੋ ਤੇ ਆਪਣੀ ਸ਼੍ਰੇਣੀ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰੋਗੇ ਤੁਸੀਂ ਅਜਿਹਾ ਕਰਨ ਲਈ ਕੀ ਕਰੋਗੇ ਹੁਣ ਜੇਕਰ ਤੁਸੀਂ 10 ਜਾਂ 15 ਦੇ ਵਿੱਚੋਂ ਜਾਂ 16 ਜਾਂ 24 ਦੇ ਵਿੱਚੋਂ ਤੇ ਦੇਖੋ ਕਿ ਕਿਹੜੇ-ਕਿਹੜੇ ਜਿਹੜੇ ਕੰਮ ਆ ਤੁਸੀਂ ਨਹੀਂ ਸਹੀ ਤਰੀਕੇ ਨਾਲ ਕਰ ਰਹੇ ਹੋ ਪਿਆਰੇ ਬੱਚਿਓ ਜਿਵੇਂ ਕਿ ਅਸੀਂ ਵੇਖ ਚੁੱਕੇ ਹਾਂ ਜਨਤਕ ਸੰਪਤੀਆਂ ਸਾਡੇ ਵਾਸਤੇ ਬਹੁਤ ਜ਼ਰੂਰੀ ਹਨ ਇਹਨਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਕੀ ਤੁਸੀਂ ਜਾਣਦੇ ਹੋ ਜਨਤਕ ਸੰਪਤੀਆਂ ਤੋਂ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿਵੇਂ ਇਹਦੇ ਵਿੱਚ ਬੱਚੇ ਤੁਸੀਂ ਲਿਖੋਗੇ ਕਿ ਕਿਹੜੀ-ਕਿਹੜੀ ਜਨਤਕ ਸੰਪਤੀਆਂ ਆ ਜਿੰਨਾ ਤੋਂ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਜਿਵੇਂ ਕਿ ਦੇਖੋ ਰੇਲਵੇ ਰੇਲਵੇਜ਼ ਹੈ ਜਾਂ ਹਸਪਤਾਲ ਹੈ ਸਕੂਲ ਹੈ ਇਹ ਉਹ ਥਾਵਾਂ ਆ ਜਿੰਨਾ ਤੋਂ ਬਿਨਾ ਜਿਹੜਾ ਜੀਵਨ ਹੈ ਉਹ ਨਿਰਾਸ਼ ਫਿੱਕਾ ਜਿਹਾ ਲੱਗੇਗਾ ਤੇ ਜੇ ਹਸਪਤਾਲ ਨਹੀਂ ਹੋਣਗੇ ਤਾਂ ਇਲਾਜ ਹੀ ਸੰਭਵ ਨਹੀਂ ਹੋਏਗਾ ਜੀਵਨ ਹੀ ਮੁਸ਼ਕਲ ਹੋ ਜਾਏਗਾ ਦੂਸਰਾ ਕੁਐਸਚਨ ਹੈਗਾ ਕਈ ਲੋਕ ਜਨਤਕ ਸੰਪਤੀਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ਇਹਦੇ ਵਿੱਚ ਤੁਸੀਂ ਲਿਖ ਸਕਦੇ ਆ ਕਿ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਤੋੜ-ਫੋੜ ਕੇ ਉਹਨਾਂ ਦਾ ਨੁਕਸਾਨ ਪਹੁੰਚਾਉਂਦੇ ਆ ਜਿਵੇਂ ਜੇਕਰ ਉਹ ਬੱਸਾਂ ਤੇ ਬੈਠਦੇ ਜਾਂ ਰੇਲਵੇ ਦੀਆਂ ਸੀਟਾਂ ਤੇ ਬੈਠਦੇ ਆ ਤੇ ਉਹਨਾਂ ਨੂੰ ਕੱਟਦੇ ਰਹਿੰਦੇ ਆ ਜਾਂ ਫਿਰ ਉਹ ਉਹਨਾਂ ਦੇ ਉੱਪਰ ਪੈਨਸਲ ਜਾਂ ਪੈਨ ਨਾਲ ਲਿਖਦੇ ਰਹਿੰਦੇ ਆ ਜੇ ਉਹ ਸਕੂਲ ਦੇ ਬਗੀਚੇ 'ਚ ਬੈਠੇ ਤੇ ਉੱਥੋਂ ਫੁੱਲ ਤੋੜਦੇ ਜੇ ਲਾਇਬ੍ਰੇਰੀ 'ਚ ਬੈਠੇ ਹੋਣ ਤੇ ਉਹ ਕਿਤਾਬਾਂ ਨੂੰ ਪਾੜਦੇ ਰਹਿੰਦੇ ਆ। ਕੁਐਸਚਨ ਨੰਬਰ 3 ਹੈਗਾ ਜਨਤਕ ਸੰਪਤੀਆਂ ਦਾ ਨੁਕਸਾਨ ਸਾਡਾ ਆਪਣਾ ਨੁਕਸਾਨ ਹੈ ਕਿਵੇਂ? ਇਹਦੇ ਵਿੱਚ ਬੱਚੇ ਤੁਸੀਂ ਦੱਸ ਸਕਦੇ ਆ ਕਿ ਜਿਵੇਂ ਲਾਇਬ੍ਰੇਰੀ ਦੇ ਵਿੱਚ ਬੈਠੇ ਹੋਏ ਆ ਜੇਕਰ ਕੋਈ ਬੱਚਾ ਲਾਇਬ੍ਰੇਰੀ ਦੇ ਪੇਜ ਪਾੜ ਦਿੰਦਾ ਹੈ ਬੁੱਕ ਦੇ ਵਿੱਚੋਂ ਤੇ ਉਹ ਬੁੱਕ ਜੇ ਕਿਸੇ ਹੋਰ ਵਿਦਿਆਰਥੀ ਨੇ ਬਹੁਤ ਜ਼ਰੂਰੀ ਪੜ੍ਹਨੀ ਹੋਵੇ ਤੇ ਉਸ ਦਾ ਨੁਕਸਾਨ ਹੋ ਗਿਆ। ਐਸੇ ਤਰ੍ਹਾਂ ਜੇ ਦੋ ਹਸਪਤਾਲ ਜਾਇਦਾ ਆ ਹਸਪਤਾਲ ਦੇ ਵਿੱਚ ਜੇ ਕੋਈ ਹਸਪਤਾਲ ਦੇ ਸਮਾਨ ਨੂੰ ਨੁਕਸਾਨ ਪਹੁੰਚਾਵੇ ਤੇ ਉਹ ਹੋਰ ਕਿਸੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਨਤਕ ਸੰਪਤੀਆਂ ਦਾ ਨੁਕਸਾਨ ਸਾਡਾ ਆਪਣਾ ਹੀ ਨੁਕਸਾਨ ਹੈ ਤੁਸੀਂ ਸਕੂਲ ਸੰਪਤੀ ਦੀ ਸੰਭਾਲ ਕਿਵੇਂ ਕਰੋਗੇ ਤੇ ਦੂਜਿਆਂ ਨੂੰ ਕਿਵੇਂ ਪ੍ਰੇਰਿਤ ਕਰੋਗੇ ਬੱਚਿਓ ਇਹਦੇ ਵਿੱਚ ਅਸੀਂ ਲੈਸਨ ਦੇ ਵਿੱਚ ਪਿੱਛੇ ਪੜਿਆ ਆ ਕਿ ਮੈਂ ਕਿਹੜੇ-ਕਿਹੜੇ ਕੰਮ ਕਰਾਂਗਾ ਉਹਦੇ ਵਿੱਚੋਂ ਤੁਸੀਂ ਚੁਣ ਕੇ ਲਿਖ ਸਕਦੇ ਆ ਕਿ ਜੇ ਮੈਂ ਲਾਇਬ੍ਰੇਰੀ ਵਿੱਚ ਬੈਠਾ ਤਾਂ ਮੈਂ ਸ਼ਾਂਤੀ ਬਣਾ ਕੇ ਰੱਖਾਂਗਾ ਕਿਤਾਬਾਂ ਨੂੰ ਪ੍ਰੋਪਰ ਸੈਲਫਸ ਦੇ ਵਿੱਚ ਰੱਖਾਂਗਾ ਜੇਕਰ ਮੈਂ ਬਗੀਚੇ ਵਿੱਚ ਬੈਠਾ ਹੋਵਾਂ ਤੇ ਮੈਂ ਫੁੱਲਾਂ ਦੀ ਬੁਟਿਆਂ ਦੀ ਦੇਖਭਾਲ ਕਰਾਂਗਾ ਜੇਕਰ ਮੈਂ ਹਸਪਤਾਲ ਵਿੱਚ ਜਾਵਾਂ ਤੇ ਉੱਥੇ ਵੀ ਮੈਂ ਅਨੁਸ਼ਾਸਨ ਦੇ ਵਿੱਚ ਬੈਠ ਕੇ ਨਿਯਮਾਂ ਦੀ ਪਾਲਣਾ ਕਰਾਂਗਾ ਇਸ ਤਰ੍ਹਾਂ ਤੁਸੀਂ ਕਿੰਨੇ ਹੀ ਸਾਰੇ ਪੁਆਇੰਟਸ ਲਿਖ ਸਕਦੇ ਆ ਬੱਚਿਓ ਇਸ ਲੈਸਨ ਵਿੱਚੋਂ ਅਸੀਂ ਸਿੱਖਿਆ ਕਿ ਸਾਨੂੰ ਜਨਤਕ ਸੰਪਤੀਆਂ ਦੀ ਸੰਭਾਲ ਵਿੱਚ ਵਿਸ਼ੇਸ਼ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਾਰਿਆਂ ਦੀਆਂ ਸਾਂਝੀਆਂ ਹਨ ਅਤੇ ਸਾਰਿਆਂ ਦੇ ਕੰਮ ਆਉਣ ਵਾਲੀ ਚੀਜ਼ ਹੈ